ਸ਼ਰਧਾ ਕਰਦਾ ਹੈ ਪ੍ਰਤਾਪ ਸਿੰਘ ਜੀ ਵੱਡੇ ਹਾਸਲ ਭਾਈ ਸੁਖਦੇਵ ਸਿੰਘ ਦੇ ਬੇਟਾ ਰਾਮ ਹੰਦੇ ਵਾਹ ਹੰਦੇ ਆਪੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਹਜ਼ਾਰ ਸੱਤਰ ਰੁਪਏ ਜਿਹੜੇ ਆਪਣੇ ਸਾਡਾ ਪੰਜ ਪਾਉਣ ਦੇ ਗੰਨ ਸੰਤਾਂ ਨੇ ਰਖਵਾਇਆ ਦਿੱਤੀ ਹੈ ਜਿਹੜੇ ਸਾਡੇ ਕੋਲ ਨਵੇਂ ਨਾਂ ਆਏ ਹਨ ਸੁਖਰਾਜ ਸਿੰਘ ਜੁਗਰਾਜ ਸਿੰਘ ਦੇ ਬੱਚੇ ਬਾਅਦ ਵਿੱਚ ਗਏ ਹਨ ਲਾਲੂ ਜਿਹੜਾ ਹੈ ਸੁਪੁੱਤਰ ਹੈ ਉਹਨਾਂ ਦੇ ਪਰਿਵਾਰ ਤੋਂ ਮੋਬਾਈਲ ਲੈ ਵੀ ਮੈਂ ਜਾਣਦਾ ਨਹੀਂ ਮਾਰੂ ਬੱਚਿਆਂ ਨੂੰ ਉਹਨਾਂ ਦੀ ਜਲਦੀ ਕਲਾ ਵਾਸਤੇ ਅਰਦਾਸ ਕੀਤੀ ਹੈ ਤਰਸੇਮ ਸਿੰਘ ਦੇ ਨਾਂ ਤੇ ਸੌ ਰੁਪਇਆ ਪਰਿਵਾਰ ਨੂੰ ਆਇਆ ਹੈ ਤਰਸੇਮ ਸਿੰਘ ਦੇ ਪਰਿਵਾਰ ਵੱਲੋਂ ਗੁਰਸਾਹਿਬ ਸਿੰਘ ਨੇ ਜੋ ਉਦੇਸ਼ਾਂ ਕਿਹਾ ਹੈ ਸਨਮਾਨ ਕਰਨਾ ਕਿਰਪਾ ਕਰਕੇ ਬੰਦ
ਅੰਦਰ ਲੈ ਕੇ ਆਈਏ ਜਿਵੇਂ ਢੋਟੀਆਂ ਵਾਲਾ ਸਾਡਾ ਵੀਰ ਬਹੁਤ ਪਿਆਰ ਕਰਦਾ ਚਾਰ ਮੰਨੇ ਪਰਮੰਨੇ ਇੱਕ ਕਹਿੰਦੇ ਮੁੰਡਾ ਕਹਿੰਦੇ ਮੰਦੀ ਤਾਂ ਕੱਚੇ ਪੱਕੇ ਵਾਲਾ ਦੂਜੀ ਕਹਿੰਦੀ ਤੇ ਹਰਮਨ ਚਾਰ ਜਾਫੀਆਂ ਵਿੱਚੋਂ ਕਿਹੜਾ ਮਾਈ ਦਾ ਲਾਲ ਇਹ ਹੈ ਚੈਂਪੀਅਨ ਇਹ ਚਾਰ ਜਾਫੀਆਂ ਉੱਤੇ ਕਬੱਡੀ ਪਾਉਣ ਦੇ ਲਈ ਵੱਧ ਹੈ ਕਾਕਾ ਢੋਟੀਆਂ ਵਾਲਾ ਚਾਰ ਜਿਵੇਂ ਆਰ ਦੇ ਕਹਿੰਦਾ ਪਹਿਲਾਂ ਦਾ ਸਨਮਾਨ ਕਰਨਾ ਪਰ ਆਹ ਸਾਹਮਣੇ ਟੀਵੀ ਵਾਲਾ ਦਮੇ ਵਾਲਾ ਖੂਨ ਖਾਰ ਜਾਫੀ ਹੈ ਲੱਗੀ ਕੈਂਚੀ ਹੁਣ ਸੈਂਟਰ ਜੇਲ ਆਉਂਦੇ ਆ ਸੰਤ ਬਾਬਾ ਅਵਤਾਰ ਸਿੰਘ ਜੀ ਪੂਲੇ ਕੋਟ ਵਾਲੇ ਦਾ ਪੂਲੇ ਦੇ ਭਰਾ ਲਾਲੀ ਦਾ ਸਨਮਾਨ ਹੋਵੇਗਾ TELECAST.com ਲਾਈਵ ਕਰ ਰਹੀ ਹੈ ਤੇ ਨਰਵੈਰ TV.com ਲਾਈਵ ਕਰ ਰਹੀ ਹੈ ਧੰਨਵਾਦ ਹੈ ਸਗੜਾ ਮੁਕਾਬਲਾ ਮੇਰੇ ਸਭੋ ਸਾਰੇ ਸੰਸਾਰਕ ਨਾਨਕ ਲੇਵਾ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾਗ ਜਿਸ ਦੀਆਂ ਲੱਖ ਲੱਖ ਵਧਾਈਆਂ ਹਰ ਸਾਲ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਤਾਗਰਦੀ ਦਿਵਸ ਤੁੜ ਨਗਰ ਵਿਖੇ ਮਨਾਇਆ ਜਾਂਦਾ ਹੈ ਜਿਹਦੇ ਵਿੱਚ ਸਾਰੇ ਹੀ ਨਿਹੰਗ ਸੰਪਰਦਾਵਾਂ ਉਹਨਾਂ ਜਥਿਆਂ ਨੂੰ ਘੋੜਿਆਂ ਸਮੇਤ ਦਲਾਂ ਨੂੰ ਸੱਦਿਆ ਜਾਂਦਾ ਹੈ ਇੱਥੇ ਪ੍ਰਚਾਰਕਾਂ ਨੂੰ ਵੀ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਕਥਾਵਾਚਕ ਢਾਡੀ ਕਵੀਸ਼ਰ ਸਾਰੇ ਹੀ ਇੱਥੇ ਹਾਜ਼ਰੀਆਂ ਭਰਦੇ ਨੇ ਸਾਰਿਆਂ ਨੂੰ ਟਾਈਮ ਦੇ ਕੇ ਨਵਾਜਿਆ ਜਾਂਦਾ ਹੈ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਨ ਜੀ ਦਾ ਜਨਮ 1504 ਈਸਵੀ ਵਿੱਚ ਹੋਇਆ ਸੀ ਉਹ ਸਮਾਂ ਉਹਨਾਂ ਨੇ ਮੱਤੇ ਦੀ ਸਰਾਂ ਆਪਣੇ ਪਿੰਡ ਉਹਨਾਂ ਦੇ ਪਿਤਾ ਦੇ ਨਾਲ ਕਾਰੋਬਾਰ ਕੀਤੇ ਉੱਥੇ ਕੁਝ ਮੁਸ਼ਕਲਾਂ ਆਈਆਂ ਤੇ ਉਹ ਨਗਰ ਛੱਡ ਕੇ ਹਰੀਕੇ ਆ ਗਏ ਹਰੀਕੇ ਫਿਰ ਸਤਿਗੁਰੂ ਜੀ ਨੇ ਦੁਕਾਨ ਦਾ ਕੰਮ ਕੀਤਾ ਉਹਨਾਂ ਦੇ ਪਿਤਾ ਜੀ ਨੇ ਕਾਰੋਬਾਰ ਨਾ ਚੱਲੇ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਇਹ ਸੰਗਤ ਗੁਰੂ ਸਾਹਿਬ ਵਿਆਹੇ ਹੋਏ ਸਨ ਜਿਹਨਾਂ ਨੇ ਹਰੇਕ ਆਏ ਇਹਨਾਂ ਦਾ ਕਾਰੋਬਾਰ ਨਾ ਚੱਲਿਆ ਤੇ ਇਹਨਾਂ ਦੇ ਸਹੁਰੇ ਪਰਿਵਾਰ ਨੇ ਸੰਗਤ ਸੱਦ ਲਿਆ ਉੱਥੇ ਕਾਰੋਬਾਰ ਚੱਲਿਆ ਤੇ ਗੁਰੂ ਅੰਗਦ ਦੇਵ ਜੀ ਦੇ ਪਿਤਾ ਜੀ ਦੇਵੀ ਭਗਤ ਸਨ ਫਿਰ ਮਰ ਗਏ ਉਹ ਸਮਾਂ ਪਾ ਕੇ ਉਸ ਇਲਾਕੇ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਉਹ ਇਲਾਕੇ ਦੇ ਵਿੱਚ ਖਡੂਰ ਸਾਹਿਬ ਏਰੀਏ ਦੇ ਵਿੱਚ ਜਗਰਾਤੇ ਕਰਦੇ ਸਨ ਦੇਵੀ ਭਗਤੀ ਤੇ ਸੰਗਤਾਂ ਨੂੰ ਜਵਾਲਾ ਦੀ ਖੜਨਾ ਜਦੋਂ ਉਹਨਾਂ ਦੀ ਡੈਥ ਹੋ ਗਈ ਤੇ ਇਹ ਜ਼ਿੰਮੇਵਾਰੀ ਉਹਨਾਂ ਦੇ ਇਲਾਕੇ ਦੀਆਂ ਸੰਗਤਾਂ ਨੇ ਸਾਡੇ ਇਲਾਕੇ ਦੀਆਂ ਸੰਗਤਾਂ ਨੇ ਪੁਰਾਤਨ ਸਮੇਂ ਦੇ ਵਿੱਚ ਇਹ ਸੇਵਾ ਉਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਨੂੰ ਦੇ ਦਿੱਤੀ ਕਿ ਤੁਸੀਂ ਜਿਸ ਤਰ੍ਹਾਂ ਤੁਹਾਡੇ ਪਿਤਾ ਜੀ ਇਹ ਸੇਵਾਵਾਂ ਨਿਭਾ ਰਹੇ ਨੇ ਜਵਾਲਾ ਦੀ ਸੰਗਤਾਂ ਨੂੰ ਫੜਦੇ ਨੇ ਇਸੇ ਤਰ੍ਹਾਂ ਸੇਵਾਵਾਂ ਨਿਭਾਓ ਉਸੇ ਤਰ੍ਹਾਂ ਫਿਰ ਗੁਰੂ ਅੰਗਦ ਦੇਵ ਜੀ ਨੇ ਜੋ ਇਹਨਾਂ ਦਾ ਨਾਮ ਪਹਿਲਾਂ ਰਹਿਣਾ ਜੀ ਸੀ ਇਹਨਾਂ ਸੇਵਾਵਾਂ ਨਿਭਾਈਆਂ ਇੱਕ ਦਿਨ ਜਗਰਾਤੇ ਤੋਂ ਇਸ਼ਨਾਨ ਕਰਨ ਵਾਸਤੇ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਗਏ ਤੇ ਉੱਥੇ ਗੁਰੂ ਨਾਨਕ ਦੇਵ ਮਹਾਰਾਜ ਦਾ ਸਿੱਖ ਸੀ ਭਾਈ ਜੋਧ ਉਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜ੍ਹਦਿਆ ਸੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਰਵਣ ਕਰਕੇ ਭਾਈ ਲਹਿਣਾ ਜੀ ਦੇ ਮਨ ਬੜਾ ਹੀ ਉਤਸ਼ਾਹ ਜਾਗਿਆ ਕਿ ਜਿਹੜੀ ਇਹ ਬਾਣੀ ਹੈ ਬੜੀ ਉੱਚੀ ਤੇ ਸੁੱਚੀ ਗੁਰੂ ਨਾਨਕ ਦੇਵ ਜੀ ਦੀ ਫਿਰ ਭਾਈ ਜੋਧ ਪੁੱਛਿਆ ਕਿ ਬਾਣੀ ਕਿਹਦੀ ਹੈ ਭਾਈ ਜੋਧ ਨੇ ਦੱਸਿਆ ਕਿ ਬਾਣੀ ਗੁਰੂ ਨਾਨਕ ਦੇਵ ਜੀ ਦੀ ਹੈ ਤੇ ਇਹਨਾਂ ਕਿਹਾ ਕਿ ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਭਾਈ ਲਹਿਣਾ ਜੀ ਨੇ ਤੇ ਉਹਨਾਂ ਦੱਸਿਆ ਕਿ ਕਰਤਾਰਪੁਰ ਕਰਤਾ ਵਸੇ ਸੰਗਤ ਕੇ ਪਾਸ ਐਸੇ ਵੇਲੇ ਗੁਰੂ ਨਾਨਕ ਦੇਵ ਜੀ ਚਾਰ ਦਾਸੀਆਂ ਕਰਨ ਤੋਂ ਉਪਰੰਤ ਕਰਤਾਰਪੁਰ ਜੋ ਹੁਣ ਪਾਕਿਸਤਾਨ ਵਿੱਚ ਆ ਗਏ ਆ ਪਹਿਲਾਂ ਭਾਰਤ ਦੇਸ਼ ਵੀ ਸੀ ਸਾਡੇ ਨਾਲ ਸੀ ਬਿਲਕੁਲ ਹਿੰਦੁਸਤਾਨ ਪਾਕਿਸਤਾਨ ਦਾ ਵੱਖ ਵੱਖ ਹੰਦਾ ਬਣ ਗਈਆਂ ਉੱਥੇ ਗੁਰੂ ਨਾਨਕ ਦੇਵ ਜੀ ਨੇ